ਸਤਿ ਸ਼੍ਰੀ ਅਕਾਲ। ਚੜ੍ਹਦੀ ਕਲਾ ਟਾਈਮ ਟੀ ਵੀ ਨਿਊਜ਼ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ। ਪੰਜਾਬੀ ਦੇ ਇਸ ਬੁਲੇਟਿਨ 'ਚ ਮੈਂ ਅਨਿਲ ਕਮਲ ਅਤੇ ਬੁਲੇਟਿਨ ਦੀ ਸ਼ੁਰੂਆਤ 'ਚ ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਹੈੱਡਲਾਈਨਸ 'ਤੇ। ਮੈਡੀਕਲ ਪ੍ਰਵੇਸ਼ ਪ੍ਰੀਖਿਆ ਨੀਟ UG ਦੇ ਆਯੋਜਨ 'ਚ ਬੇਨਿਯਮੀਆਂ ਦੀ CBI ਕਰੇਗੀ ਜਾਂਚ। CBI ਨੇ ਵੱਖਰੀ ਨਵੀਂ FIR ਕੀਤੀ ਦਰਜ। ਦਿੱਲੀ ਜਲ ਸੰਕਟ ਤੇ LG ਨੂੰ ਮਿਲਿਆ ਆਮ ਆਦਮੀ ਪਾਰਟੀ ਦਾ ਵਫ਼ਦ। ਹਰਿਆਣਾ ਤੋਂ ਬਣਦਾ ਪਾਣੀ ਦਵਾਉਣ ਦੀ ਕੀਤੀ ਮੰਗ। ਅਤੇ ਜਲੰਧਰ ਪੱਛਮੀ ਵਿਧਾਨ ਸਭਾ ਦੀ ਜ਼ਿਮਨੀ ਚੋਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਭਾਲੀ ਪ੍ਰਚਾਰ ਦੀ ਕਮਾਨ। ਜਲੰਧਰ 'ਚ ਪਾਰਟੀ ਆਗੂਆਂ ਨਾਲ ਕੀਤੀ ਮੀਟਿੰਗ। ਤੇ ਹੁਣ ਖ਼ਬਰਾਂ ਤਫਸੀਲ ਨਾਲ। CBI ਨੇ 5 ਮਈ ਨੂੰ ਆਯੋਜਿਤ ਕੀਤੀ ਗਈ ਮੈਡੀਕਲ ਪ੍ਰਵੇਸ਼ ਪ੍ਰੀਖਿਆ ਨੀਟ UG ਦੇ ਆਯੋਜਨ 'ਚ ਬੇਨਿਯਮੀਆਂ ਦੇ ਸੰਬੰਧ 'ਚ ਇੱਕ FIR ਦਰਜ ਕੀਤੀ ਹੈ। ਕੇਂਦਰ ਵੱਲੋਂ ਏਜੰਸੀ ਨੂੰ ਪ੍ਰੀਖਿਆ 'ਚ ਬੇਨਿਯਮੀਆਂ ਦੀ ਜਾਂਚ ਸੌਂਪਣ ਦੇ ਐਲਾਨ ਦੇ ਇੱਕ ਦਿਨ ਬਾਅਦ ਇਹ FIR ਦਰਜ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਜਾਰੀ ਸੰਦਰਭ ਦੇ ਆਧਾਰ 'ਤੇ ਹੀ CBI ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਇੱਕ ਨਵਾਂ ਮਾਮਲਾ ਦਰਜ ਕੀਤਾ ਹੈ। ਉਹਨਾਂ ਦੱਸਿਆ ਕਿ ਇੱਕ ਸਮੀਖਿਆ ਤੋਂ ਬਾਅਦ ਪ੍ਰੀਖਿਆ ਪ੍ਰਕਿਰਿਆ ਦੇ ਸੰਚਾਲਨ 'ਚ ਪਾਰਦਰਸ਼ਤਾ ਲਈ ਇਹ ਫੈਸਲਾ ਲਿਆ ਗਿਆ ਕਿ ਮਾਮਲੇ ਨੂੰ ਵਿਆਪਕ ਜਾਂਚ ਲਈ CBI ਨੂੰ ਸੌਂਪ ਦਿੱਤਾ ਜਾਏ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਅੱਜ ਦਿੱਲੀ ਵਿੱਚ ਪਾਣੀ ਦੇ ਸੰਕਟ ਨੂੰ ਲੈ ਕੇ ਉਪ ਰਾਜਪਾਲ VK ਸਕਸੈਨਾ ਨਾਲ ਮੁਲਾਕਾਤ ਕੀਤੀ। ਮੁਲਾਕਾਤ ਕਰਨ ਵਾਲੇ ਆਗੂਆਂ ਵਿੱਚ ਰਾਜ ਸਭਾ ਮੈਂਬਰ ਸੰਜੇ ਸਿੰਘ, NDਗੁਪਤਾ, ਜਨਰਲ ਸਕੱਤਰ ਪੰਕਜ ਗੁਪਤਾ, ਕੈਬਨਿਟ ਮੰਤਰੀ ਸੌਰਵ ਭਾਰਦਵਾਜ ਅਤੇ ਕਈ ਵਿਧਾਇਕ ਸ਼ਾਮਲ ਸਨ। ਆਗੂਆਂ ਨੇ ਹਰਿਆਣਾ ਤੋਂ ਦਿੱਲੀ ਨੂੰ ਪਾਣੀ ਦੇਣ ਦੀ ਮੰਗ ਕੀਤੀ, ਜਿਸ 'ਤੇ LG ਸਕਸੈਨਾ ਨੇ ਆਪ ਆਗੂਆਂ ਨੂੰ ਹਰਿਆਣਾ ਸਰਕਾਰ ਤੋਂ ਦਿੱਲੀ ਨੂੰ ਸਹੀ ਮਾਤਰਾ 'ਚ ਪਾਣੀ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਵਫ਼ਦ ਨੇ LG ਨੂੰ ਦੱਸਿਆ ਹੈ ਕਿ ਦਿੱਲੀ ਨੂੰ 1994 ਦੇ ਸਮਝੌਤੇ ਅਨੁਸਾਰ ਹੀ ਪਾਣੀ ਦਿੱਤਾ ਜਾ ਰਿਹਾ ਹੈ, ਜਦਕਿ ਉਸ ਸਮੇਂ ਦਿੱਲੀ ਦੀ ਆਬਾਦੀ 1 ਕਰੋੜ ਤੋਂ ਜ਼ਿਆਦਾ ਸੀ ਅਤੇ ਹੁਣ ਵੱਧ ਕੇ ਇਹ 3 ਕਰੋੜ ਦੇ ਲਗਭਗ ਹੋ ਗਈ ਹੈ। ਆਪ ਆਗੂਆਂ ਦੇ ਵਫ਼ਦ ਦਾ ਕਹਿਣਾ ਹੈ ਕਿ ਇਸ ਸਮੇਂ ਦਿੱਲੀ ਨੂੰ ਹਰਿਆਣਾ ਤੋਂ 113 MGD ਪਾਣੀ ਘੱਟ ਮਿਲ ਰਿਹਾ ਹੈ। ਅੱਛੇ ਵਾਤਾਵਰਣ ਕੇ ਅੰਦਰ ਬਾਤਚੀਤ ਹੋਈ, ਬਾਤਚੀਤ ਮੇਂ ਹਮਨੇ LG ਸਾਹਿਬ ਸੇ ਨਿਵੇਦਨ ਕੀਆ ਕਿ ਆਪ ਹਰਿਆਣਾ ਸੇ ਬਾਤਚੀਤ ਕੀਜੀਏ। ਹਰਿਆਣਾ ਅਭੀ ਵੀ ਕਰੀਬ 113 MGD ਪਾਣੀ ਦਿੱਲੀ ਮੇਂ ਕਮ ਛੋੜ ਰਹੇ ਹੈ, ਜਿਸਕੀ ਵਜ੍ਹਾ ਸੇ ਲਾਖੋਂ ਲੋਗੋਂ ਕੋ ਪਰੇਸ਼ਾਨੀ ਹੋ ਰਹੀ ਹੈ। ਔਰ LG ਸਾਹਿਬ ਨੇ ਹਮੇਂ ਆਸ਼ਵਾਸਨ ਦੀਆ ਹੈ ਕਿ ਵੇ ਹਰਿਆਣਾ ਕੀ ਸਰਕਾਰ ਸੇ ਬਾਤ ਕਰੇਂਗੇ ਔਰ ਪ੍ਰਯਾਸ ਕਰੇਂਗੇ ਕਿ ਦਿੱਲੀ ਕਾ ਪਾਣੀ ਹਮੇਂ ਮਿਲ ਸਕੇ। ਜਲੰਧਰ ਵੈਸਟ ਜ਼ਿਮਨੀ ਚੋਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਚਾਰ ਦੀ ਕਮਾਨ ਸੰਭਾਲ ਲਈ ਹੈ, ਜਿਸ ਨੂੰ ਲੈ ਕੇ ਮੁੱਖ ਮੰਤਰੀ ਨੇ ਜਲੰਧਰ ਵਿਖੇ ਅੱਜ ਪਾਰਟੀ ਦੇ ਆਗੂਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੇ ਦੌਰਾਨ ਜ਼ਿਮਨੀ ਚੋਣ ਨੂੰ ਲੈ ਕੇ ਰਣਨੀਤੀ 'ਤੇ ਚਰਚਾ ਵੀ ਕੀਤੀ ਗਈ। ਇਸ ਮੌਕੇ ਮੁੱਖ ਮੰਤਰੀ ਨੇ ਪਾਰਟੀ ਦੇ ਲੀਡਰਾਂ ਨੂੰ 2 ਸਾਲਾਂ ਦੌਰਾਨ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਨੂੰ ਘਰ ਘਰ ਲੈ ਕੇ ਜਾਣ ਦੀ ਹਦਾਇਤ ਕੀਤੀ। ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਡੇਰੇ ਲਗਾ ਲਏ ਨੇ ਅਤੇ ਉਹ ਹੁਣ ਪਰਿਵਾਰ ਸਮੇਤ ਇੱਥੇ ਕਿਰਾਏ ਦੇ ਮਕਾਨ 'ਤੇ ਰਹਿਣਗੇ। ਕੁਰੂਕਸ਼ੇਤਰ ਤੋਂ ਭਾਜਪਾ ਦੇ ਸੰਸਦ ਮੈਂਬਰ ਨਵੀਨ ਜਿੰਦਲ ਨੇ ਕਿਹਾ ਹੈ ਕਿ ਉਹਨਾਂ ਦਾ ਸੁਪਨਾ ਹੈ ਕਿ ਗੁਆਂਢੀ ਮੁਲਕ ਪਾਕਿਸਤਾਨ ਦੇ ਨਾਲ ਵਪਾਰਕ ਖੁੱਲ੍ਹੇ ਅਤੇ ਆਪਸੀ ਸੰਬੰਧ ਚੰਗੇ ਹੋਣ। ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚੇ ਨਵੀਨ ਜਿੰਦਲ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਸਨ। ਨਵੀਨ ਜਿੰਦਲ ਨੇ ਕਿਹਾ ਕਿ 20 ਸਾਲ ਬਾਅਦ ਉਹਨਾਂ ਨੂੰ ਦਰਬਾਰ ਸਾਹਿਬ ਆਉਣ ਦਾ ਮੌਕਾ ਮਿਲਿਆ ਹੈ ਅਤੇ ਇੱਥੇ ਆ ਕੇ ਵੱਖਰੀ ਸ਼ਾਂਤੀ ਅਤੇ ਸਕੂਨ ਮਿਲਦਾ ਹੈ। ਇਸ ਮੌਕੇ ਜਿੰਦਲ ਨੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। आज मैं अपनी पत्नी के साथ और साथियों के साथ हम जो है स्वर्ण मंदिर आज माथा टेकने के लिए आज आए
और बहुत ही अच्छा लगा। मुझे 20 साल के बाद मुझे आने का मुझे आज मौका मिला, और पूरा जैसे ही आते हैं यहाँ पर एक वातावरण में जो है एक अलग ही एक जोश है, एक अलग ही सुकून है, तो बहुत अच्छा आकर के लगता है। यहाँ पर आकर के एक नई आदमी को प्रेरणा मिलती है, एक नई हिम्मत मिलती है कि हम सब मिलकर अपने देश के लिए काम करें। हमारे देश के हमारे जो है पड़ोसियों से भी हमारे रिश्ते अच्छे होने चाहिए, और यहाँ से पाकिस्तान का जो बॉर्डर है हमारा अटारी और उनकी तरफ से वाघा जो बॉर्डर है यहाँ से बहुत नज़दीक है, और ये मेरा सपना है कि हम जो है आसपास हमारे यहाँ जो एक दूसरे के साथ बिज़नेस बढ़े, ट्रेड बढ़े, और हम आराम से जा कर के जो है वहाँ जा कर के मिल सकें लोगों से, वो लोग यहाँ पर आकर के मिल सकें और हमारे आपस में और संबंध जो है अच्छे हों। ਅੱਤ ਦੀ ਗਰਮੀ ਵਿੱਚ ਲੋਕਾਂ ਦੀ ਆਸਥਾ ਇਸ ਗਰਮੀ 'ਤੇ ਭਾਰੀ ਪੈ ਰਹੀ ਹੈ। ਸ਼੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤ ਦਰਸ਼ਨਾਂ ਲਈ ਪਹੁੰਚ ਰਹੀ ਹੈ। ਗਰਮੀ 'ਚ ਘੰਟਿਆਂ ਤੋਂ ਲਾਈਨਾਂ 'ਚ ਖੜੀਆਂ ਸੰਗਤਾਂ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਮੁਲਾਕਾਤ ਕੀਤੀ। ਇਸ ਦੌਰਾਨ ਉਹਨਾਂ ਨੇ ਗਰਮੀ ਨੂੰ ਦੇਖਦੇ ਹੋਏ SGPC ਵੱਲੋਂ ਸੰਗਤਾਂ ਦੇ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਗਿਆਨੀ ਰਘਵੀਰ ਸਿੰਘ ਨੇ ਮੱਥਾ ਟੇਕਣ ਆਉਣ ਵਾਲੀਆਂ ਸੰਗਤਾਂ ਨੂੰ ਮੱਥਾ ਟੇਕਦੇ ਸਮੇਂ ਮਰਿਆਦਾ ਰੱਖਣ ਲਈ ਕਿਹਾ ਅਤੇ ਡਿਊਟੀ ਕਰ ਰਹੇ ਮੁਲਾਜ਼ਮਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ। ਕੈਥਲ ਦੀ ਮਹਾਦੇਵ ਕਲੋਨੀ ਵਿੱਚ ਚੋਰ ਘਰ ਵਿੱਚੋਂ 6 ਲੱਖ ਰੁਪਏ ਦੀ ਨਕਦੀ ਅਤੇ ਗਹਿਣਿਆਂ ਸਮੇਤ ਹੋਰ ਕੀਮਤੀ ਸਮਾਨ 'ਤੇ ਹੱਥ ਸਾਫ਼ ਕਰਕੇ ਫਰਾਰ ਹੋ ਗਏ। ਚੋਰਾਂ ਨੇ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ ਜਦੋਂ ਘਰ ਦੇ ਲੋਕ ਕੁਝ ਦਿਨਾਂ ਦੇ ਲਈ ਸ਼ਿਰੜੀ ਗਏ ਹੋਏ ਸੀ। ਜਦੋਂ ਅੱਜ ਉਹ ਵਾਪਸ ਪਰਤੇ ਤਾਂ ਉਹਨਾਂ ਨੇ ਦੇਖਿਆ ਕਿ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ। ਪੀੜਿਤ ਪਰਿਵਾਰ ਨੇ ਦੱਸਿਆ ਕਿ ਉਸਨੇ ਆਪਣੀ ਬੇਟੀ ਨੂੰ ਬਾਹਰ ਭੇਜਣ ਲਈ 6 ਲੱਖ ਰੁਪਇਆ ਕੈਸ਼ ਰੱਖਿਆ ਹੋਇਆ ਸੀ। ਉੱਧਰ ਮੌਕੇ 'ਤੇ ਪਹੁੰਚੀ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਅਤੇ ਚੋਰਾਂ ਨੂੰ ਫੜਨ ਲਈ ਆਸ ਪਾਸ ਦੇ CCTV ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਸਰਦੂਲਗੜ੍ਹ ਦੀ ਸਥਾਨਕ ਅਨਾਜ ਮੰਡੀ 'ਚ ਬਿਜਲੀ ਚੋਰੀ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਮੰਡੀ ਬੋਰਡ ਦੇ ਸੀਵਰੇਜ ਦੀ ਸਫਾਈ ਵਾਸਤੇ ਠੇਕੇਦਾਰ ਵੱਲੋਂ ਟਰਾਂਸਫਾਰਮਰ 'ਚ ਸਿੱਧੀਆਂ ਕੁੰਡੀਆਂ ਲਗਾ ਕੇ ਮਸ਼ੀਨ ਚਲਾਈ ਜਾ ਰਹੀ ਸੀ। ਉੱਧਰ ਪਤਾ ਲੱਗਣ 'ਤੇ ਬਿਜਲੀ ਵਿਭਾਗ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ। ਅਧਿਕਾਰੀਆਂ ਨੇ ਮਸ਼ੀਨ ਨੂੰ ਰੁਕਵਾ ਕੇ ਮਸ਼ੀਨ ਸਮੇਤ ਕੁੰਡੀ ਲਾਉਣ ਵਾਲ ਲਈ ਇਸਤੇਮਾਲ ਕਰਨ ਵਾਲੀਆਂ ਤਾਰਾਂ ਨੂੰ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਟਲੀ ਵਿਖੇ ਖੇਤਾਂ ਵਿੱਚ ਕੰਮ ਕਰਦੇ ਭਾਰਤੀ ਨੌਜਵਾਨ ਨਾਲ ਵਾਪਰੇ ਹਾਦਸੇ ਤੋਂ ਬਾਅਦ ਹੋਈ ਦਰਦਨਾਕ ਮੌਤ ਸੰਬੰਧੀ ਇਨਸਾਫ਼ ਦੀ ਮੰਗ ਨੂੰ ਲੈ ਕੇ ਇਨਸਾਫ਼ ਪਸੰਦ ਲੋਕਾਂ ਨੇ ਇਟਲੀ ਦੀ ਸਿਰਮੌਰ ਜਥੇਬੰਦੀ CGIL ਦੇ ਝੰਡੇ ਹੇਠ ਲਾਤੀਨਾ ਦੇ DC ਦਫ਼ਤਰ ਦੇ ਅੱਗੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ। ਦੱਸ ਦਈਏ ਕਿ 31 ਸਾਲਾ ਭਾਰਤੀ ਨੌਜਵਾਨ ਸਤਨਾਮ ਸਿੰਘ ਦੀ ਖੇਤਾਂ ਵਿੱਚ ਕੰਮ ਕਰਦੇ ਸਮੇਂ ਇੱਕ ਬਾਂਹ ਕੱਟੀ ਗਈ ਸੀ। ਖੇਤਾਂ ਦਾ ਮਾਲਿਕ ਉਕਤ ਨੌਜਵਾਨ ਨੂੰ ਹਸਪਤਾਲ ਲਿਜਾਣ ਦੀ ਬਾਏ ਘਰ ਦੇ ਬਾਹਰ ਹੀ ਸੁੱਟ ਕੇ ਚਲਾ ਗਿਆ, ਜਿਸ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਮੰਗ ਕੀਤੀ ਹੈ ਕਿ ਕਿਰਤੀ ਇਨਸਾਨ ਮਰਹੂਮ ਸਤਨਾਮ ਸਿੰਘ ਲਾ ਅਜਿਹਾ ਵਤੀਰਾ ਅਪਣਾਉਣ ਵਾਲੇ ਇਟਾਲੀਅਨ ਮਾਲਿਕ ਦੇ ਖਿਲਾਫ਼ ਸਖ਼ਤ ਕਾਨੂੰਨ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਇਟਲੀ ਦੀ ਪਾਰਲੀਮੈਂਟ ਦੇ 3 ਸੰਸਦ ਮੈਂਬਰਾਂ ਨੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਇਟਾਲੀਅਨ ਮਾਲਕ ਵੱਲੋਂ ਮ੍ਰਿਤਕ ਸਤਨਾਮ ਸਿੰਘ ਨਾਲ ਕੀਤੀ ਬੇਇਨਸਾਫ਼ੀ ਦਾ ਮੁੱਦਾ ਪਾਰਲੀਮੈਂਟ ਵਿੱਚ ਚੁੱਕਣਗੇ ਅਤੇ ਭਵਿੱਖ ਵਿੱਚ ਕਿਸੇ ਵੀ ਹੋਰ ਕਿਰਤੀ ਨਾਲ ਅਜਿਹੀ ਘਟਨਾ ਨਾ ਘਟੇ ਇਸ ਸਬੰਧੀ ਕਾਰਵਾਈ ਕਾਨੂੰਨ ਨੂੰ ਹੋਰ ਵੀ ਸੁਖਤ ਕਰਨ ਸੰਬੰਧੀ ਵਿਚਾਰ ਕੀਤਾ ਜਾਵੇਗਾ। ਅਸੀਂ ਇੱਥੇ ਨਿਹੰਗ ਫੌਜ ਸਾਰੇ ਇਟਲੀ ਦੀ ਨਿਹੰਗ ਜਥੇਬੰਦੀਆਂ ਵੱਲੋਂ ਪਹੁੰਚੇ ਹਾਂ ਜੀ। ਸਾਨੂੰ ਜਥੇਦਾਰ ਜੀ ਵੱਲੋਂ ਹੁਕਮ ਹੋਏ ਸੀ ਕਿ ਜਾ ਕੇ ਆਪਾਂ ਆਪਣੀ ਕਮਿਊਨਿਟੀ ਦੇ ਨਾਲ ਖੜੀਏ ਜੀ, ਅਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਤਨਾਮ ਸਿੰਘ ਨਾਲ ਜੋ ਇੰਨਾ ਵੱਡਾ ਵਾਪਰਿਆ ਹਾਦਸਾ, ਉਹਦੀ ਬਾਂਹ ਵੱਢੀ ਗਈ ਅਤੇ ਉਹਦਾ ਮਾਲਕ ਨੇ ਉਹਨੂੰ ਇਕੱਠੇ ਕਰਕੇ ਫਰਗੋਨੇ ਸੁੱਟ ਕੇ ਅਤੇ ਉਹਦੇ ਘਰ ਦੇ ਮੂਹਰੇ ਸੁੱਟਿਆ ਆ, ਅਤੇ ਉਹ ਬਹੁਤ ਹੀ ਵੱਡਾ ਹੀ ਮਤਲਬ ਕਿ ਕਹਿ ਦਿਓ ਤ੍ਰਾਸਦੀ ਇੱਕ ਤਰ੍ਹਾਂ ਤੋਂ ਬਾਬਾ ਜੀ, ਕਿ ਜਿਹੜੇ ਕੰਮ ਕਰਦੇ ਨੇ ਖੇਤਾਂ ਦੇ ਵਿੱਚ ਅਤੇ ਉਹਨਾਂ ਦੇ ਕੋਈ ਮਤਲਬ ਜਿਹੜੇ ਹਲੇ ਆਏ ਹੁੰਦੇ ਡੌਂਕੀਆਂ ਦੇ, ਉਹਨਾਂ ਨੂੰ ਕੋਈ ਮਤਲਬ ਕਿ
ਕੋਈ ਸਾਥ ਨਹੀਂ ਦਿੰਦਾ ਉਹਨਾਂ ਦਾ ਅਤੇ ਹਾਂਜੀ ਜਿਹੜੇ ਮਾਲਕ ਨੇ ਉਹ ਰੇਸਿਜ਼ਮ ਕਰਦੇ ਨੇ ਉਹਨਾਂ ਨਾਲ ਅਤੇ ਜੇ ਅਸੀਂ ਮਤਲਬ ਆਪਣੇ ਭਰਾ ਸਾਰੇ ਇਕੱਠੇ ਹੋ ਕੇ ਜੇ ਨਾ ਖੜ੍ਹੇ ਹੋਏ ਤਾਂ ਫਿਰ ਇਹ ਕੰਮ ਚੱਲਦੇ ਰਹਿਣੇ ਆ। ਨਵੇਂ ਤੋਂ ਨਵੇਂ ਸਤਨਾਮ ਸਿੰਘ ਵਰਗੇ ਬਾਹਾਂ ਵੱਢੀਆਂ ਜਾਣੀਆਂ ਅਤੇ ਉਹਨਾਂ ਨੂੰ ਘਰ ਮੂਹਰੇ ਛੱਡ ਕੇ ਦਿਲਜਿਆ ਕਰਨਗੇ। ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਹਾਂ ਕਿ ਛੇਤੀ ਛੇਤੀ ਸਾਰੇ ਡਾਕੂਮੈਂਟ ਬਣਾ ਦਿਆ ਕਰੇ ਜੀ। ਇੰਨਾ ਇੰਨਾ ਲੰਮਾ ਟਾਈਮ ਸਾਲ ਸਾਲ ਡੇਢ ਡੇਢ ਸਾਲ ਨਾਲ ਲਟਕਾਇਆ ਜੀ। ਹਾਂਜੀ ਕੱਚਾ ਬੰਦਾ ਵਧੀਆ ਕੰਮ ਲੱਗ ਸਕੇ ਆ, ਖੇਤਾਂ ਵਿੱਚ ਨਾ ਰਹਿ ਜੇ ਕਿਉਂਕਿ ਖੇਤਾਂ ਸਿਰ ਤੇ ਇਟਲੀ ਚੱਲਦਾ ਪਿਆ ਬਾਬਾ ਜੀ ਸਾਰਾ ਸਾਡੇ ਸਿਰ ਤੇ। ਮੈਂ ਕਹਿੰਦਾ ਇੰਡੀਅਨਾਂ ਦੇ ਸਿਰ ਤੇ ਜਿਹੜੇ ਆਪਣੇ ਵੀਰ ਆਉਂਦੇ ਨੇ ਸਾਊਥ ਅਫਰੀਕਾ ਤੋਂ ਉਹਨਾਂ ਦੇ ਸਿਰ ਤੇ ਚੱਲਦਾ ਇਹ ਸਾਰਾ ਇਟਲੀ ਖੇਤੀਬਾੜੀ ਵਾਲਾ ਕੰਮ। ਜੇ ਅਸੀਂ ਕਿਤੇ ਛੱਡ ਕੇ ਇਹਨਾਂ ਦੇ ਬਾਬਾ ਜੀ ਪੁੱਛਾਂ ਚੱਕੀਆਂ ਜਾਣੀਆਂ ਜੀ। ਅਤੇ ਅਸੀਂ ਇੰਨੀ ਕੁ ਬੇਨਤੀ ਕਰਦੇ ਪ੍ਰਸ਼ਾਸਨ ਨੂੰ ਕਿ ਛੇਤੀ ਜਾਣੀ ਸਾਰਿਆਂ ਦੇ ਪਰਮਿਸ਼ ਜਿਹੜੀ ਆਪਣੀ ਪੇਪਰਾਂ ਵਾਲੇ ਕੰਮ ਹੁੰਦੇ ਛੇਤੀ ਨਬੇੜ ਦਿਆ ਕਰੇ ਜੀ। ਐਂ ਕੱਲ੍ਹ ਨੂੰ ਵਾਧਾ ਹੋਊਗਾ ਕਿ ਕੱਲ੍ਹ ਨੂੰ ਕਿਸੇ ਹੋਰ ਸਤਨਾਮ ਸਿੰਘ ਦੀ ਬਾਹ ਵੱਡੀ ਜਾਵੇ ਜੀ। ਪਿਛਲੇ ਦਿਨੀ ਜ਼ਿਲ੍ਹਾ ਲਤੀਨਾ ਦੇ ਨਜ਼ਦੀਕ ਪੈਂਦੇ ਇੱਕ ਕਸਬੇ ਵਿੱਚ ਸਤਨਾਮ ਸਿੰਘ ਨਾਮ ਦੀ ਬੇਦਰਦ ਬੇਵਕਤੀ ਮੌਤ ਹੋ ਗਈ ਹੈ, ਜੋ ਕਿ ਇੱਕ ਐਕਸੀਡੈਂਟ ਮੰਨਿਆ ਜਾ ਰਿਹਾ ਸੀ। ਪਰ ਜੇ ਉਹ ਮੌਤ ਹੋਈ ਸੀ ਪਰ ਮਾਲਕ ਦੀ ਬੇਰਹਿਮੀ ਦੇ ਨਾਲ ਉਸਨੂੰ ਜਿਹੜੀ ਉਸਦੇ ਜਦੋਂ ਮਸ਼ੀਨ ਦੇ ਵਿੱਚ ਬਾਂਹ ਆਈ ਸੀ ਉਸਨੂੰ ਜਦੋਂ ਐਕਸੀਡੈਂਟ ਹੋਇਆ ਸੀ ਉਸਦਾ ਦੁਰਘਟਨਾ ਹੋਈ ਸੀ ਉਹਨੂੰ ਨਾਲ ਲੈ ਕੇ ਉਸਨੂੰ ਜਿਹੜੇ ਦੁੱਖ ਦੀ ਘੜੀ ਵਿੱਚ ਉਹਦਾ ਸਾਥ ਦੇਣ ਦੀ ਬਜਾਏ ਉਹਨੂੰ ਚੁੱਕ ਕੇ ਉਹਦੇ ਘਰ ਦੇ ਮੋਹਰੇ ਸੁੱਟ ਆਇਆ। ਜਦਕਿ ਉਹ ਹਰ ਜਗ੍ਹਾ ਉਹਦੀ ਇਸ ਗੱਲ ਦੀ ਚਰਚਾ ਛਿੜੀ ਹੋਈ ਹੈ, ਹਰ ਇਟਾਲੀਅਨ ਮੀਡੀਆ ਤੇ ਪੰਜਾਬੀ ਮੀਡੀਆ ਦੇ ਵਿੱਚ ਇਹ ਚਰਚਾ ਹੋ ਰਹੀ ਹੈ ਕਿ ਬੇਰਹਿਮੀ ਜਿਹੜੀ ਮਾਲਕ ਨੇ ਕੀਤੀ ਹੈ, ਜੇਕਰ ਉਹ ਉਸਨੂੰ ਹਸਪਤਾਲ ਲੈ ਜਾਂਦਾ ਤਾਂ ਸ਼ਾਇਦ ਅੱਜ ਸਤਨਾਮ ਸਿੰਘ ਜਿੰਦਾ ਹੁੰਦਾ, ਆਪਣੇ ਪਰਿਵਾਰ ਦੇ ਨਾਲ ਇੱਥੇ ਜੋ ਰਹਿ ਰਿਹਾ ਸੀ। ਦੱਸਣ ਯੋਗ ਹੈ ਕਿ ਉਹ ਆਪਣੀ ਪਤਨੀ ਦੇ ਨਾਲ ਜੋ ਦੱਸਿਆ ਜਾ ਰਿਹਾ ਹੈ ਸੋਨੀਆ ਨਾਮ ਦੀ ਪਤਨੀ ਦੇ ਨਾਲ ਇੱਥੇ ਇਟਲੀ ਦੇ ਵਿੱਚ ਇਲੀਗਲ ਤੌਰ ਤੇ ਰਹਿ ਰਿਹਾ ਸੀ ਅਤੇ ਖੇਤਾਂ ਦੇ ਵਿੱਚ ਮਿਹਨਤ ਮਜ਼ਦੂਰੀ ਕਰਕੇ ਪਿੱਛੇ ਇੰਡੀਆ ਆਪਣੇ ਪਰਿਵਾਰ ਦਾ ਤੇ ਇੱਥੇ ਆਪਣਾ ਪੇਟ ਪਾਲ ਰਿਹਾ ਸੀ। ਅੱਜ ਇਟਲੀ ਦੇ ਜ਼ਿਲ੍ਹਾ ਲਤੀਨਾ ਦੇ ਸ਼ਹਿਰ ਦੇ ਵਿੱਚ ਬਹੁਤ ਵੱਡਾ ਇਕੱਠ ਜਿਹੜਾ ਕਿ ਉਸਦੇ ਹੱਕ ਵਿੱਚ CGL ਜਿਹੜੀ ਕਿ ਇੱਕ ਸੰਸਥਾ ਹੈ ਜਿਹੜੀ ਮਜ਼ਦੂਰਾਂ ਦੇ ਹੱਕ ਦੀ ਆਵਾਜ਼ ਹਮੇਸ਼ਾ ਹੀ ਬੁਲੰਦ ਕਰਦੀ ਆ ਰਹੀ ਆ, ਉਹਨਾਂ ਦੇ ਨੁਮਾਇੰਦਿਆਂ ਵੱਲੋਂ, ਉਹਨਾਂ ਦੇ ਕਾਮਿਆਂ ਵੱਲੋਂ, ਉਹਨਾਂ ਦੇ ਵਰਕਰਾਂ ਦੇ ਵੱਲੋਂ ਪੂਰੀ ਇਟਲੀ ਦੇ ਵਿੱਚ ਸੱਦਾ ਦਿੱਤਾ ਗਿਆ ਸੀ ਕਿ ਇਟਲੀ ਭਰ ਦੇ ਜਿਹੜੇ ਇੰਡੀਅਨ ਅਤੇ ਬਾਕੀ ਕਮਿਊਨਿਟੀ ਦੇ ਲੋਕ ਹਾਜ਼ਰੀ ਭਰ ਕੇ ਅੱਜ ਇੱਕ ਉਸਨੂੰ ਸ਼ਰਧਾਂਜਲੀ ਦੇਈਏ ਅਤੇ ਉਸਨੂੰ ਇਨਸਾਫ ਦਿਵਾਉਣ ਲਈ ਇੱਕ ਮੁਜ਼ਾਹਰਾ ਕਰਕੇ ਗੌਰਮੈਂਟ ਦੇ ਕੰਨੀ ਪਹੁੰਚਾਈਏ ਤਾਂ ਜੋ ਆਉਣ ਵਾਲੇ ਸਮੇਂ ਵਿੱਚ, ਆਉਣ ਵਾਲੇ ਭਵਿੱਖ ਵਿੱਚ ਕਿਸੇ ਦੇ ਨਾਲ ਇੰਨੀ ਬੇਰਹਿਮੀ ਦੀ ਨਾਲ ਮੌਤ ਨਾ ਹੋ ਸਕੇ ਅਤੇ ਹਮੇਸ਼ਾ ਹੀ ਇੱਥੇ ਜੋ ਪੰਜਾਬੀ ਅਤੇ ਬਾਕੀ ਹੋਰ ਕੰਟਰੀਆਂ ਦੇ ਮਜ਼ਦੂਰ ਮਜ਼ਦੂਰੀ ਕਰਕੇ ਆਪਣਾ ਤੇ ਇਸ ਕੰਟਰੀ ਦਾ ਭਲਾ ਮੰਗ ਰਹੇ ਆ ਔਰ ਇਸ ਕੰਟਰੀ ਦੇ ਆਰਥਿਕਤਾ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਆ, ਹਮੇਸ਼ਾ ਹੀ ਖੁਸ਼ ਤੇ ਆਬਾਦ ਰਹਿਣ। ਕੈਮਰਾਮੈਨ ਪਰਮਜੀਤ ਦੇ ਨਾਲ ਮੈਂ ਗੁਰਸ਼ਰਨ ਸਿੰਘ ਸੋਨੀ, ਰੋਮ, ਇਟਲੀ। ਲੁਧਿਆਣਾ 'ਚ ਇੱਕ ਲੜਕੀ ਨੇ ਅਫਵਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਦੀ ਮੰਨੀ ਜਾਵੇ ਤਾਂ ਉਸ ਦਾ 6 ਦਿਨ ਬਾਅਦ ਵਿਆਹ ਰੱਖਿਆ ਹੋਇਆ ਸੀ, ਪਰ ਲੜਕੇ ਵੱਲੋਂ ਵਿਆਹ ਤੋਂ ਇਨਕਾਰ ਕਰਨ ਤੋਂ ਪਰੇਸ਼ਾਨ ਹੋ ਕੇ ਉਹਨਾਂ ਦੀ ਲੜਕੀ ਨੇ ਇਹ ਖੌਫਨਾਕ ਕਦਮ ਚੁੱਕਿਆ ਹੈ। ਉਹਨਾਂ ਦੱਸਿਆ ਕਿ ਲੜਕੀ ਦਾ 1 ਸਾਲ ਤੋਂ ਉਕਤ ਲੜਕੇ ਨਾਲ ਪ੍ਰੇਮ ਸੰਬੰਧ ਚੱਲ ਰਿਹਾ ਸੀ। ਲੜਕੀ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ, ਜਿਸ ਤੇ ਪਰਿਵਾਰ ਵਾਲਿਆਂ ਨੂੰ ਮਨਾਉਣ ਤੋਂ ਬਾਅਦ 10 ਦਿਨ ਪਹਿਲਾਂ ਹੀ ਇਹਨਾਂ ਦੀ ਮੰਗਣੀ ਕਰਵਾ ਕੇ ਵਿਆਹ ਦੀ ਤਾਰੀਖ ਪੱਕੀ ਕੀਤੀ ਗਈ ਸੀ। ਉੱਧਰ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਪਟਿਆਲਾ ਪੁਲਿਸ ਨੇ ਮੋਟਰਸਾਈਕਲ ਚੋਰ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਦੇ ਕੋਲੋਂ 8 ਮੋਟਰਸਾਈਕਲ ਅਤੇ 1 ਸਕੂਟੀ ਬਰਾਮਦ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫਤਾਰ ਕੀਤੇ ਗਏ ਨੌਜਵਾਨ ਨਸ਼ੇ ਦੇ ਆਦੀ ਹਨ ਅਤੇ ਆਪਣੀ ਨਸ਼ੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।
ਪੁਲਿਸ ਨੂੰ ਪੁੱਛਗਿੱਛ ਦੌਰਾਨ ਚੋਰਾਂ ਦੀਆਂ ਹੋਰ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਵੀ ਉਮੀਦ ਹੈ। ਮੁਕੇਰੀਆਂ ਦੇ ਪਿੰਡ ਠਾਕੁਰ ਦੁਆਰਾ ਵਿਖੇ CRPF ਦੇ ਜਵਾਨ ਕਾਂਸਟੇਬਲ ਮਨੋਜ ਕੁਮਾਰ ਦਾ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਮਨੋਜ CRPF ਦੀ 173ਵੀਂ ਬਟਾਲੀਅਨ 'ਚ ਨਾਗਾਲੈਂਡ ਦੇ ਦੀਮਾਪੁਰ ਵਿਖੇ ਤੈਨਾਤ ਸੀ, ਜਿੱਥੇ ਦਿਲ ਦਾ ਦੌਰਾ ਪੈਣ ਕਾਰਨ ਉਸਦਾ ਦੇਹਾਂਤ ਹੋ ਗਿਆ। ਅੱਜ ਜਿਵੇਂ ਹੀ ਤਿਰੰਗੇ ਵਿੱਚ ਲਿਪਟੀ CRPF ਦੇ ਜਵਾਨ ਦੀ ਮ੍ਰਿਤਕ ਦੇ ਪਿੰਡ ਪਹੁੰਚੀ ਤਾਂ ਸਾਰਾ ਮਾਹੌਲ ਗਮਗੀਨ ਹੋ ਗਿਆ। ਜਵਾਨ ਦੇ ਪਰਿਵਾਰਕ ਮੈਂਬਰਾਂ, ਪਿੰਡ ਦੇ ਲੋਕਾਂ ਨੇ ਨਮ ਅੱਖਾਂ ਦੇ ਨਾਲ ਉਹਨੂੰ ਅੰਤਿਮ ਵਿਦਾਈ ਦਿੱਤੀ। ਇਸ ਮੌਕੇ ਕਪੂਰਥਲਾ ਤੋਂ ਪੁੱਜੀ CRPF ਦੇ ਜਵਾਨਾਂ ਦੀ ਟੁਕੜੀ ਵੱਲੋਂ ਸ਼ਸਤਰ ਸਲਾਮੀ ਦੇ ਕੇ ਆਪਣੇ ਸੈਨਿਕ ਨੂੰ ਅੰਤਿਮ ਵਿਦਾਈ ਦਿੱਤੀ ਗਈ। ਬਹੁਤ ਦੁੱਖ ਲੱਗਿਆ ਇਹ ਖਬਰ ਸੁਣ ਕੇ, ਔਰ ਇਹਨਾਂ ਦੀ ਕ੍ਰੀਮੇਸ਼ਨ 'ਤੇ ਮੈਂ ਆਈ ਹਾਂ, ਔਰ ਇਹਨਾਂ ਦੇ ਪਰਿਵਾਰ ਦੇ ਨਾਲ ਅਸੀਂ ਦੁੱਖ ਦੀ ਘੜੀ ਦੇ ਵਿੱਚ ਖੜ੍ਹੇ ਹਾਂ, ਔਰ ਬੜਾ ਹੋਣਹਾਰ, ਔਰ ਇਹਨਾਂ ਦੀ ਪ੍ਰਮੋਸ਼ਨ ਵੀ ਅਜੇ 2 ਦਿਨ ਪਹਿਲਾਂ ਹੋਈ। ਆਪਣੀ ਪਤਨੀ ਨਾਲ ਗੱਲ ਕੀਤੀ, ਆਪਣੇ ਪਿਤਾ ਜੀ ਨਾਲ ਗੱਲ ਕੀਤੀ, ਪਤਾ ਨਹੀਂ ਕੀ ਸੁਪਨੇ ਉਹਨਾਂ ਨੇ ਸਜੋਏ ਹੋਏ ਸੀ। ਉਹਨਾਂ ਨੇ ਇੱਥੇ ਆਣ ਕੇ ਘਰ ਫੰਕਸ਼ਨ ਵੀ ਕਰਨਾ ਸੀ, ਪਰ ਇਸ ਤਰ੍ਹਾਂ ਦੀ ਖਬਰ ਸੁਣ ਕੇ, ਉਹਨਾਂ ਦੀ ਡੈਥ ਦੀ ਖਬਰ ਸੁਣ ਕੇ ਸਾਰੇ ਪਿੰਡ ਵਾਸੀਆਂ ਨੂੰ, ਸਾਡੇ ਮਕੇਰੀਆਂ ਵਾਸੀਆਂ ਨੂੰ ਬਹੁਤ ਦੁੱਖ ਹੋਇਆ ਹੈ ਸੁਣ ਕੇ, ਵੀ ਜਿਹੜਾ ਕਿ ਇਹਨਾਂ ਨੇ ਆਪਣੇ ਘਰ ਵਿੱਚ ਫੰਕਸ਼ਨ ਸੈਲੀਬ੍ਰੇਟ ਕਰਨਾ ਸੀ, ਅਤੇ ਜਦੋਂ ਮੌਤ ਦੀ ਖਬਰ ਸੁਣੀ ਤਾਂ ਸਾਰੇ ਇਲਾਕੇ ਦੇ ਵਿੱਚ ਬੜਾ ਸ਼ੋਕ ਮਹਿਸੂਸ ਕੀਤਾ ਲੋਕਾਂ ਨੇ। ਅਤੇ ਬੁਲੇਟਿਨ 'ਚ ਫਿਲਹਾਲ ਇੰਨਾ ਹੀ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ TV ਦੇ ਨਾਲ। ਮੈਨੂੰ ਨੀਲਕਮਲ ਦੀ ਇਜਾਜ਼ਤ, ਅਤੇ ਆਓ ਜਾਂਦੇ ਜਾਂਦੇ ਇੱਕ ਨਜ਼ਰ ਮਾਰਦੇ ਹਾਂ ਮੌਸਮ ਦੇ ਹਾਲ 'ਤੇ।